ਸਤਿ ਸ਼੍ਰੀ ਅਕਾਲ, ਮੈਂ ਰਿਆਂਤੀ ਮਾਂ। ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ। ਗੱਲ ਕਰਾਂਗੇ ਵਾਰਿਸ ਪੰਜਾਬ ਜਥੇਬੰਦੀ ਨੂੰ ਲੈ ਕੇ ਕਿ ਸਥਿਤੀ ਡਾਵਾਂ ਡੋਲ ਹੁੰਦੀ ਨਜ਼ਰ ਆ ਰਹੀ ਹੈ। ਕਿਹਾ ਜਾ ਰਿਹਾ ਕਿ ਹੁਣ ਵਾਰਿਸ ਪੰਜਾਬ ਦਾ ਆਖਿਰਕਾਰ ਜਿਹੜਾ ਇਸਦਾ ਮੁਖੀਆ ਉਹ ਕੀ ਅੰਮ੍ਰਿਤਪਾਲ ਸਿੰਘ ਹੀ ਹੋਵੇਗਾ ਜਾਂ ਫਿਰ ਵਾਰਿਸ ਪੰਜਾਬ ਦਾ ਕੋਈ ਨਵਾਂ ਮੁਖੀ ਬਣਾਇਆ ਜਾਵੇਗਾ। ਦੱਸ ਦਈਏ ਕਿ NSA ਦੇ ਤਹਿਤ ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅੰਮ੍ਰਿਤਪਾਲ ਸਿੰਘ ਨਜ਼ਰਬੰਦ ਹੈ। ਉੱਥੇ ਜੇਕਰ ਵਾਰਿਸ ਪੰਜਾਬ ਜਥੇਬੰਦੀ ਦੀ ਗੱਲ ਕੀਤੀ ਜਾਵੇ ਤਾਂ ਉਸਦੀ ਸਥਿਤੀ ਡਾਵਾਂਡੋਲ ਹੁੰਦੀ ਨਜ਼ਰ ਆ ਰਹੀ ਹੈ, ਜਿਸਦੇ ਚੱਲਦੇ ਹੁਣ ਕਿਹਾ ਜਾ ਰਿਹਾ ਕਿ ਵਾਰਿਸ ਪੰਜਾਬ ਜਥੇਬੰਦੀ ਦਾ ਨਵਾਂ ਮੁਖੀ ਬਣਾਇਆ ਜਾਵੇਗਾ ਜਾਂ ਫਿਰ ਜੇਲ੍ਹ ਦੇ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਹੀ ਇਸ ਜਥੇਬੰਦੀ ਦਾ ਮੁਖੀ ਹੋਵੇਗਾ। ਸੋ ਦੱਸ ਦਈਏ ਕਿ ਮਰਹੂਮ ਦੀਪ ਸਿੱਧੂ ਨੇ 2021 ਦੇ ਵਿੱਚ ਕਈ ਸਹੂਲਤਾਂ ਤੇ ਕੰਮ ਕਰਕੇ ਉਹਨਾਂ ਦੇ ਵੱਲੋਂ ਵਾਰਿਸ ਪੰਜਾਬ ਜਥੇਬੰਦੀ ਬਣਾਈ ਗਈ ਸੀ। ਉਹਨਾਂ ਨੇ ਖੂਨਦਾਨ ਦਾ ਕੈਂਪ, ਪਲਸ ਪੋਲੀਓ ਅਤੇ ਮੁਫਤ ਦੇ ਵਿੱਚ ਅੱਖਾਂ ਦਾ ਆਪਰੇਸ਼ਨ ਅਤੇ ਹੋਰ ਲੋਕ ਭਲਾਈ ਦੇ ਕੰਮਾਂ ਦੀ ਸ਼ੁਰੂਆਤ ਕਰਦੇ ਹੋਏ ਉਹਨਾਂ ਦੇ ਵੱਲੋਂ 2021 ਦੇ ਵਿੱਚ ਵਾਰਿਸ ਪੰਜਾਬ ਜਥੇਬੰਦੀ ਦੀ ਜਿਹੜੀ ਕਿ ਸ਼ੁਰੂਆਤ ਕੀਤੀ ਗਈ ਸੀ ਅਤੇ ਉਸਦੇ ਐਕਸੀਡੈਂਟ ਦੇ ਵਿੱਚ ਮੌਤ ਹੋਣ ਜਾਣ ਤੋਂ ਬਾਅਦ ਜਿਹੜੇ ਕਿ ਵਾਰਿਸ ਪੰਜਾਬ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਬਣਾਇਆ ਗਿਆ ਸੀ। ਹਾਲਾਂਕਿ ਜਿਹੜੀ ਕਿ ਦੀਪ ਸਿੱਧੂ ਦੀ ਗਰਲਫ੍ਰੈਂਡ ਹੈ ਰੀਨਾ ਰਾਏ, ਉਸਦੇ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਦੀਪ ਸਿੱਧੂ ਅੰਮ੍ਰਿਤਪਾਲ ਸਿੰਘ ਨੂੰ ਪਸੰਦ ਨਹੀਂ ਕਰਦੇ ਸਨ। ਇੱਥੋਂ ਤੱਕ ਕਿ ਦੀਪ ਸਿੱਧੂ ਨੇ ਤਾਂ ਅੰਮ੍ਰਿਤਪਾਲ ਦਾ ਮੋਬਾਈਲ ਨੰਬਰ ਵੀ ਬਲੌਕ ਲਿਸਟ ਦੇ ਵਿੱਚ ਪਾਇਆ ਹੋਇਆ ਸੀ। ਦੂਸਰੇ ਪਾਸੇ ਜੇਕਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਕਿਤੇ ਨਾ ਕਿਤੇ ਨਹੀਂ ਚਾਹੁੰਦੇ ਸਨ ਕਿ ਵਾਰਿਸ ਪੰਜਾਬ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਿੰਘ ਬਣੇ। ਪਰ ਅੰਮ੍ਰਿਤਪਾਲ ਸਿੰਘ ਨੂੰ ਜਿਹੜਾ ਕਿ ਵਾਰਿਸ ਪੰਜਾਬ ਜਥੇਬੰਦੀ ਦਾ ਮੁਖੀ ਬਣਾਇਆ ਜਾਂਦਾ, ਪਰ ਦੀਪ ਸਿੱਧੂ ਦੇ ਵੱਲੋਂ ਜੋ ਲੋਕ ਭਲਾਈ ਕੰਮਾਂ ਦੀ ਸ਼ੁਰੂਆਤ ਦੇ ਨਾਲ ਇਸ ਜਥੇਬੰਦੀ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਉਸ ਨੂੰ ਉਹ ਭੁੱਲ ਜਾਂਦੇ ਨੇ ਅਤੇ ਉਹਨਾਂ ਦੇ ਵੱਲੋਂ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਹਵਾਲਾ ਦਿੱਤਾ ਜਾਂਦਾ, ਜਿਸ ਨੂੰ ਕਿ ਜਿਹੜੇ ਕਿ ਦੀਪ ਸਿੱਧੂ ਦਾ ਭਰਾ ਹੈ ਮਨਦੀਪ ਸਿੱਧੂ, ਉਹਨਾਂ ਵੱਲੋਂ ਵੀ ਇਸ ਚੀਜ਼ ਨੂੰ ਪਸੰਦ ਨਹੀਂ ਕੀਤਾ ਜਾਂਦਾ ਸੀ। ਹਾਲਾਂਕਿ ਉਹਨਾਂ ਨੇ ਕਿਹਾ ਕਿ ਠੀਕ ਹੈ, ਸਿੱਖ ਧਰਮ ਦੇ ਨਾਲ ਸਾਨੂੰ ਰਹਿਣਾ ਚਾਹੀਦਾ, ਸਿੱਖ ਧਰਮ ਦੀ ਗੱਲ ਕਰਨੀ ਚਾਹੀਦੀ ਹੈ, ਪਰ ਉਹਨਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨੂੰ ਬੜਾਵਾ ਨਹੀਂ ਦੇਣਾ ਚਾਹੀਦਾ ਜਿਸ ਦੇ ਨਾਲ ਪੰਜਾਬ ਦਾ ਮਾਹੌਲ ਹੈ ਜਿਹੜਾ ਉਹ ਖਰਾਬ ਹੋਵੇ। ਪਰ ਹੁਣ ਚਰਚਾਵਾਂ ਇਹ ਵੀ ਚੱਲ ਰਹੇ ਨੇ ਕਿ ਹੋ ਸਕਦਾ ਹੈ ਕਿ ਵਾਰਿਸ ਪੰਜਾਬ ਜਥੇਬੰਦੀ ਦਾ ਜਿਹੜਾ ਅਗਲਾ ਮੁਖੀ ਹੈ ਉਹ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੂੰ ਬਣਾ ਦਿੱਤਾ ਜਾਵੇ। ਹਾਲਾਂਕਿ ਮਨਦੀਪ ਸਿੱਧੂ ਨੇ ਵਾਰਿਸ ਪੰਜਾਬ ਜਥੇਬੰਦੀ ਦਾ ਮੁਖੀ ਬਣਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ ਵੀ ਜਦੋਂ ਅੰਮ੍ਰਿਤਪਾਲ ਸਿੰਘ ਨੂੰ ਬਣਾਇਆ ਜਾਣਾ ਸੀ ਉਸ ਤੋਂ ਪਹਿਲਾਂ ਵੀ ਜਿਹੜਾ ਕਿ ਖੁਦ ਮਨਦੀਪ ਸਿੱਧੂ ਨੇ ਵਾਰਿਸ ਪੰਜਾਬ ਜਥੇਬੰਦੀ ਦਾ ਮੁਖੀ ਬਣਨ ਤੋਂ ਇਨਕਾਰ ਕੀਤਾ ਸੀ। ਉਹਨਾਂ ਕਿਹਾ ਕਿ ਅਸੀਂ ਸਮਰਥਨ ਜ਼ਰੂਰ ਕਰਾਂਗੇ ਪਰ ਇਸਦਾ ਮੁਖੀ ਨਹੀਂ ਬਣਾਂਗੇ, ਇਸਦੀ ਅਗਵਾਈ ਜਿਹੜੀ ਉਹ ਅਸੀਂ ਨਹੀਂ ਕਰਾਂਗੇ, ਜਿਸਦੇ ਚੱਲਦੇ ਅੰਮ੍ਰਿਤਪਾਲ ਸਿੰਘ ਨੂੰ ਵਾਰਿਸ ਪੰਜਾਬ ਜਥੇਬੰਦੀ ਦਾ ਮੁਖੀ ਬਣਾਇਆ ਜਾਂਦਾ। ਪਰ ਹੁਣ ਚਰਚਾਵਾਂ ਚੱਲ ਰਹੇ ਨੇ ਕਿ ਅੰਮ੍ਰਿਤਪਾਲ ਸਿੰਘ ਹੀ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਰਹਿਣਗੇ ਜਾਂ ਕਿਸੇ ਹੋਰ ਨੂੰ ਬਣਾਇਆ ਜਾ ਸਕਦਾ, ਜਿਸਦੇ ਵਿੱਚ ਚਰਚਾ ਦੇ ਵਿੱਚ ਜੇਕਰ ਨਾਮ ਦੀ ਗੱਲ ਕੀਤੀ ਜਾਵੇ ਤਾਂ ਉਹ ਜਿਹੜਾ ਕਿ ਨਾਮ ਹੈ ਉਹ ਮਨਦੀਪ ਸਿੱਧੂ ਦਾ ਜਿਹੜਾ ਕਿ ਸਾਹਮਣੇ ਆਇਆ, ਪਰ ਮਨਦੀਪ ਸਿੱਧੂ ਨੇ ਜਿਹੜਾ ਕਿ ਮਨਾ ਕਰ ਦਿੱਤਾ। ਖੈਰ ਦੇਖਣਾ ਹੋਵੇਗਾ ਕਿ ਆਖਰ ਵਾਰਿਸ ਪੰਜਾਬ ਜਥੇਬੰਦੀ ਦਾ ਮੁਖੀ ਕਿਸ ਨੂੰ ਬਣਾਇਆ ਜਾਂਦਾ। ਸੋ ਦੱਸ ਦਈਏ ਕਿ NSA ਦੇ ਤਹਿਤ ਅੰਮ੍ਰਿਤਪਾਲ ਸਿੰਘ ਅਤੇ ਉਸਦੇ 9 ਸਾਥੀਆਂ ਦੇ ਉੱਤੇ ਕਾਰਵਾਈ ਕਰਕੇ ਉਹਨਾਂ ਨੂੰ ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਿਆ, ਜਿੱਥੇ ਕਿ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਦੇ ਨਾਲ ਲਗਾਤਾਰ ਮੁਲਾਕਾਤ ਵੀ ਕੀਤੀ ਜਾ ਰਹੀ ਹੈ। ਉੱਥੇ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਵੀ ਕਿਹਾ ਸੀ ਕਿ ਉਹ ਲੋਕ ਭਲਾਈ ਦੇ ਕੰਮ ਕਰ ਰਹੇ ਸਨ ਅਤੇ ਜਿਹੜੇ ਕਿ ਉਹ ਹੁਣ ਵੀ ਜਿਹੜਾ ਕਿ ਲੋਕ ਭਲਾਈ ਦੇ ਕੰਮ ਕਰਨਾ ਚਾਹੁੰਦਾ ਅਤੇ ਲੋਕਾਂ ਨੂੰ ਜਿਹੜਾ ਕਿ ਨਸ਼ਿਆਂ ਤੋਂ ਦੂਰ ਕੀਤਾ ਗਿਆ ਅਤੇ ਸਿੱਖੀ ਬਾਣੀ ਦੇ ਨਾਲ ਜੋੜਿਆ ਗਿਆ। ਇਹ ਗੱਲ ਜਿਹੜੀ ਕਿ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਕਹੀ ਜਾ ਰਹੀ ਹੈ ਕਿ ਹੁਣ ਵੀ ਉਹ ਇਸੇ ਤਰੀਕੇ ਦੇ ਨਾਲ ਲੋਕਾਂ ਨੂੰ ਵਾਰਿਸ ਪੰਜਾਬ ਜਥੇਬੰਦੀ ਨਾਲ ਜੋੜ ਕੇ ਸਿੱਖ ਧਰਮ ਦੇ ਵੱਲ ਉਹਨਾਂ ਦਾ ਝੁਕਾ ਲਿਆਉਂਦਾ ਜਾ ਰਿਹਾ। ਸੋ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਾਰਿਸ ਪੰਜਾਬ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਿੰਘ ਹੀ ਰਹੇ ਜਾਂ ਫਿਰ ਕਿਸੇ ਨਵੇਂ ਨੂੰ ਬਣਾਇਆ ਜਾਂਦਾ। ਬਿਊਰੋ ਰਿਪੋਰਟ। ਸਤਿ ਸ਼੍ਰੀ ਅਕਾਲ, ਮੈਂ ਰਿਆਂਤੀ ਮਾਂ। ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ। ਗੱਲ ਕਰਾਂਗੇ ਵਾਰਿਸ ਪੰਜਾਬ ਜਥੇਬੰਦੀ ਨੂੰ ਲੈ ਕੇ ਕਿ ਸਥਿਤੀ ਡਾਵਾਂਡੋਲ ਹੁੰਦੀ ਨਜ਼ਰ ਆ ਰਹੀ ਹੈ। ਕਿਹਾ ਜਾ ਰਿਹਾ ਕਿ ਹੁਣ ਵਾਰਿਸ ਪੰਜਾਬ ਦਾ ਆਖਿਰਕਾਰ ਜਿਹੜਾ ਇਸਦਾ ਮੁਖੀਆ ਉਹ ਕਿ ਅੰਮ੍ਰਿਤਪਾਲ ਸਿੰਘ ਹੀ ਹੋਵੇਗਾ ਜਾਂ ਫਿਰ ਵਾਰਿਸ ਪੰਜਾਬ ਦਾ ਕੋਈ ਨਵਾਂ ਮੁਖੀ ਬਣਾਇਆ ਜਾਵੇਗਾ। ਦੱਸ ਦਈਏ ਕਿ NSA ਦੇ ਤਹਿਤ ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅੰਮ੍ਰਿਤਪਾਲ ਸਿੰਘ ਨਜ਼ਰਬੰਦ ਹੈ। ਉੱਥੇ ਜੇਕਰ ਵਾਰਿਸ ਪੰਜਾਬ ਜਥੇਬੰਦੀ ਦੀ ਗੱਲ ਕੀਤੀ ਜਾਵੇ ਤਾਂ ਉਸਦੀ ਸਥਿਤੀ ਡਾਵਾਂਡੋਲ ਹੁੰਦੀ ਨਜ਼ਰ ਆ ਰਹੀ ਹੈ,
जिस दे चलदे हुण कहा जा रहा है कि वारिस पंजाब जथेबंदी का नवा मुखी बनाया जाएगा जां फिर जेल दे विच बंद अमृतपाल सिंह ही इस जथेबंदी का मुखी होगा। सो दस दिए कि मरहूम दीप सिद्धू ने 2021 दे विच कई सहूलतां ते कम करके उन्होंने वालों वारिस पंजाब जथेबंदी बनाई गई सी। उन्होंने खूनदान का कैंप, पल्स पोलियो, मुफ्त दे विच अखां दा ऑपरेशन ते होर लोक भलाई दे कम्मां दी शुरुआत करदे होए उन्होंने वालों 2021 दे विच वारिस पंजाब जथेबंदी की जिहड़ी कि शुरुआत की गई सी। उस दे एक्सीडेंट दे विच मौत हो जाण तों बाद जिहड़े कि वारिस पंजाब जथेबंदी का मुखी अमृतपाल सिंह नूं बनाया गया सी। हालांकि जिहड़ी कि दीप सिद्धू की गर्लफ्रेंड है रीना राय, उसके वालों दावा किया गया सी कि दीप सिद्धू अमृतपाल सिंह नूं पसंद नहीं करते सन। इथों तक कि दीप सिद्धू ने तो अमृतपाल का मोबाइल नंबर भी ब्लॉक लिस्ट के विच पाया होया सी। दूसरे पासे जेकर उन्होंने परिवारक मैंबरों की गल की जाए तो वह भी कितने ना कितने नहीं चाहते सन कि वारिस पंजाब जथेबंदी का मुखी अमृतपाल सिंह बने। पर अमृतपाल सिंह नूं जिहड़ा कि वारिस पंजाब जथेबंदी का मुखी बनाया जाता है, पर दीप सिद्धू के वलों जो लोग भलाई कमां की शुरुआत के नाल इस जथेबंदी की शुरुआत की जाती है उसनों वह भुल जाते हैं। उन्होंने वालों देश विरोधी गतिविधियां हवाला दिता जाता है, जिसनों कि जेड़े कि दीप सिद्धू का भरा है मनदीप सिद्धू, उन्होंने वालों भी इस चीज़ को पसंद नहीं किया जाता सी। हालांकि उन्होंने कहा कि ठीक है सिख धर्म के नाल सानू रहना चाहिए, सिख धर्म की गल करनी चाहिए है, पर उन्होंने कहा कि अजिहियां गतिविधियां बढ़ावा नहीं देना चाहिए जिस दे नाल पंजाब का माहौल है जिहड़ा वह खराब होवे। पर हुण चर्चावां यह भी चल रहे हैं कि हो सकता है कि वारिस पंजाब जथेबंदी का जिहड़ा अगला मुखी है वह दीप सिद्धू के भरा मनदीप सिद्धू नूं बना दिता जाए। हालांकि मनदीप सिद्धू ने वारिस पंजाब जथेबंदी का मुखी बन तो साफ इनकार कर दिता। इस तों पहला भी जदों अमृतपाल सिंह नूं बनाया जाना सी उस तों पहला भी जिहड़ा कि खुद मनदीप सिद्धू ने वारिस पंजाब जथेबंदी का मुखी बन तो इनकार किया सी। उन्होंने कहा कि असीं समर्थन जरूर करांगे पर इसका मुखी नहीं बनेंगे, इसकी अगवाई जिहड़ी उह असीं नहीं करांगे, जिसके चलते अमृतपाल सिंह नूं वारिस पंजाब जथेबंदी का मुखी बनाया जाता है। पर हुण चर्चावां चल रहे ने कि अमृतपाल सिंह ही वारिस पंजाब जथेबंदी के मुखी रहणगे जां किसी होर नूं बनाया जा सकता, जिसके चर्चा के जेकर नाम की गल की जाए तो वह जिहड़ा कि नाम है वह मनदीप सिद्धू का जिहड़ा कि सामने आया, पर मनदीप सिद्धू ने जिहड़ा कि मना कर दिता है। खैर देखना होगा कि आखिर वारिस पंजाब जथेबंदी का मुखी किस नूं बनाया जाता है। सो दस दिए कि NSA के तहत अमृतपाल सिंह अते उसके नौ साथियों के उत्ते कार्रवाई करके उन्होंने असम की डिब्रूगढ़ जेल के रखा है, जिथे कि परिवारक मैंबरों वालों उन्होंने लगातार मुलाकात भी की जा रही है। उत्थे वारिस पंजाब जथेबंदी के मुखी अमृतपाल सिंह ने भी कहा कि वह लोग भलाई के काम कर रहे सन, जिहड़े कि हुण भी जिहड़ा कि लोग भलाई के काम करना चाहुंदा अते लोगों नूं जिहड़ा कि नशियां तों दूर किया गया अते सिखी बाणी दे नाल जोड़िया गया। यह गल जिहड़ी कि अमृतपाल सिंह दे वल्लों कही जा रही है कि हुण भी वह इस तरीके दे नाल लोगों नूं वारिस पंजाब जथेबंदी नाल जोड़ के सिख धर्म दे वल उन्हां दा झुका लियांदा जा रहा। सो देखना होगा कि आने वाले समय दे विच वारिस पंजाब जथेबंदी का मुखी अमृतपाल सिंह ही रहेगा जां फिर किसी नवें नूं बनाया जांदा है। ब्यूरो रिपोर्ट रोजाना।